ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਨਵਾਂ ਸਾਲ ਗੁਰੂ ਦੇ ਨਾਲ, ਇਸੇ ਸੰਬੰਧ ਦੇ ਵਿੱਚ 31 ਦਸੰਬਰ ਨੂੰ ਔਰ 1 ਜਨਵਰੀ ਨੂੰ ਵਿਸ਼ੇਸ਼ ਸਮਾਗਮ ਰੱਖੇ ਗਏ ਨੇ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨੌਰਥ ਐਵਨਿਊ, ਸਾਂਤਾ ਕਰੂਜ, ਵੈਸਟ ਮੁੰਬਈ ਵਿਖੇ। 31 ਦਸੰਬਰ ਨੂੰ ਸ਼ਾਮ ਨੂੰ 7 ਵਜੇ ਤੋਂ ਰਾਤ 12:30 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਅਸੀਂ ਪਹਿਲੀ ਵਾਰੀ ਮੁੰਬਈ ਇਹ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ, ਔਰ ਸਾਰੇ ਪਰਿਵਾਰਕ ਮੈਂਬਰ ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਸਭ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ੍ਹਦੇ ਨੇ, ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਮੈਨੂੰ ਇਉਂ ਲੱਗਦਾ ਜਦੋਂ ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ, ਤੁਹਾਡੀਆਂ ਤਕਲੀਫਾਂ ਨੂੰ, ਤੁਹਾਡੇ ਰੋਗਾਂ ਨੂੰ ਕੱਟਦੇ ਨੇ। ਆਓ ਨਵੇਂ ਸਾਲ 'ਤੇ ਇਹ ਦੋ ਸਮਾਗਮ, 31 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ 7 ਵਜੇ ਸ਼ੁਰੂ ਹੋਣਾ, ਸਾਰੀਆਂ ਸੰਗਤਾਂ ਤਕਰੀਬਨ 6 ਵਜੇ ਦੇ ਕਰੀਬ ਕਰੀਬ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਲੰਗਰ ਪ੍ਰਸ਼ਾਦ ਛੱਕ ਕੇ 7 ਵਜੇ ਚੌਂਕੜੇ ਮਾਰ ਕੇ ਆਪਾਂ ਬਹਿ ਜਾਣਾ, ਔਰ ਫਿਰ ਕੀਰਤਨ ਦੇ ਪ੍ਰਵਾਹ ਵੀ, ਜਪਜੀ ਸਾਹਿਬ ਜੀ ਦੇ ਪਾਠ, ਚੁਪਈ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ, ਅਤੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਅਸੀਂ ਨਵੇਂ ਸਾਲ ਨੂੰ ਜੀਆਂ ਆ ਕਹਿਣਾ 31 ਦਸੰਬਰ ਨੂੰ, ਔਰ 1 ਜਨਵਰੀ ਨੂੰ ਰਾਤੀ ਇਸੇ ਜਗ੍ਹਾ 'ਤੇ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ ਵਿਸ਼ੇਸ਼ ਕੀਰਤਨ ਸਮਾਗਮ ਵੀ, ਜਿਹਦੇ ਵਿੱਚ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਦੋ ਸਮਾਗਮ, 31 ਦਾ ਚੁਪਹਿਰਾ ਜਪ ਤਪ ਸਮਾਗਮ ਔਰ 1 ਦਾ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ, ਜੋ ਇਹ ਦੋ ਸਮਾਗਮ ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ, ਵੈਸਟ ਮੁੰਬਈ, ਉਸ ਜਗ੍ਹਾ 'ਤੇ ਰੱਖੇ ਗਏ ਨੇ। ਮੇਰੀ ਸਭ ਨੂੰ ਬੇਨਤੀ ਹੈ, ਸਾਰੇ ਰੁਝੇਵਿਆਂ ਨੂੰ ਛੱਡ ਕੇ, ਜਿਹੜੇ ਜਿਹੜੇ ਤੁਸੀਂ ਨੇੜੇ ਨੇੜੇ ਵਾਲੇ ਹੋ, ਤੁਸੀਂ ਤਾਂ ਪਹੁੰਚਣਾ ਹੀ ਪਹੁੰਚਣਾ, ਉਲਾਸਨਗਰ ਵਾਲਿਆਂ ਨੇ, ਮੁੰਬਈ ਦੀ ਸੰਗਤ ਨੇ, ਹੋਰ ਜੋ ਜੋ ਕਲਿਆਣ ਦੀ ਸੰਗਤ ਹੈ, ਹੋਰ ਜਿਹੜੇ ਜਿਹੜੇ ਵੀ ਇਲਾਕੇ ਨੇੜੇ ਪੈਂਦੇ, ਤੁਸੀਂ ਤਾਂ ਪਹੁੰਚਣਾ ਹੀ ਹੈ। ਪਰ ਮੇਰੀ ਇੱਕ ਬੇਨਤੀ ਹੈ, ਜੇ ਅੰਦਰ ਪ੍ਰੇਮ ਹੋਵੇ ਤਾਂ ਕਿਲੋਮੀਟਰ ਕੁਝ ਮਾਇਨੇ ਨਹੀਂ ਰੱਖਦੇ। ਸੂਰਤ ਵਾਲੇ ਵੀ ਆ ਜਾਇਓ, ਅਹਿਮਦਾਬਾਦ ਵੀ ਨਜ਼ਦੀਕ ਪੈਂਦਾ, 4-4, 5-5 ਘੰਟੇ ਦਾ ਰਾਹ, ਕੁਝ ਮਾਇਨੇ ਨਹੀਂ ਰੱਖਦਾ। ਹੋਰ ਵੀ ਜਿਹੜੀਆਂ ਜਿਹੜੀਆਂ ਸੰਗਤਾਂ ਜਿੱਥੇ ਜਿੱਥੇ ਵੀ ਭਾਵਨਾ ਦੇ ਨਾਲ ਰੋਜ਼ ਜੁੜਦੀਆਂ ਜੇ ਨਾ, ਸਭ ਦੇ ਚਰਨਾਂ ਵਿੱਚ ਮੈਂ ਸੁਨਿਮਰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਜਿਹੜੇ ਪ੍ਰੇਮੀ ਉੱਥੇ ਰੁਕਣਾ ਚਾਹਣ, ਉਹ ਰੁਕਣ ਦਾ ਯੋਗ ਪ੍ਰਬੰਧ ਵੀ ਉੱਥੇ ਹੋ ਜਾਏਗਾ। ਸਾਰੇ ਸਮਾਗਮ ਦੀ ਜਾਣਕਾਰੀ TV ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਿਹਾ, ਇਸ ਨੰਬਰ ਤੋਂ ਆਪ ਜੀ ਪ੍ਰਾਪਤ ਕਰ ਸਕਦੇ ਹੋ। ਭੁੱਲਿਓ ਨਾ, ਨਵਾਂ ਸਾਲ ਅਸੀਂ ਚੁਪਹਿਰਾ ਜਪ ਤਪ ਸਮਾਗਮ ਉਹਦੇ ਰੂਪ ਦੇ ਵਿੱਚ, ਜੋ 31 ਤਰੀਕ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਚੜ੍ਹਾਉਣਾ, ਅਤੇ 1 ਤਰੀਕ ਦਾ ਵਿਸ਼ੇਸ਼ ਸਮਾਗਮ, ਇਹ ਦੋਵੇਂ ਸਮਾਗਮ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਹ ਦੋਵੇਂ ਦਿਨਾਂ ਦੇ ਸਮਾਗਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ, ਅੱਜ 8ਵੇਂ ਗੁਰੂ ਨਾਨਕ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਪੰਜੋਖਰਾ ਸਾਹਿਬ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਜਿੱਥੇ ਗੁਰੂ ਦੀ ਗੋਦ ਵਿੱਚ ਜੁੜੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਇਸ ਵੇਲੇ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜ ਰਹੇ ਨੇ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦੇ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਯੂਟਿਊਬ ਦਾ ਲਿੰਕ ਜਿਹੜਾ ਤੁਹਾਡੇ ਤੱਕ ਪਹੁੰਚ ਚੁੱਕਿਆ, ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਭਾਵਨਾ ਹੋਈ
गुरु ग्रंथ साहिब जी दे रूप दे विच हाजर नाजर गुरु रामदास पिता चौंकड़ा मार के बैठे चरणा च कौन बैठा खो धन बाबा दीप सिंह जी ते कुछ कमेंट वाहिगुरु गुरमंत्र दे जाप दी हाजरी ला लो और पूरी विल पावर नाल पूरी श्रद्धा दे नाल बहना ए ओ पावन पवित्र अस्थान है जिस अस्थान दे उत्ते धन गुरु हरकृष्ण साहब जी ने अपनी बख्शिश का खाता खोलिया वो छज्जू झीवर मूँह चों लालां वगदियां ने जिहड़ा बोल नहीं सकता सुन नहीं सकता उहदे सिर दे उत्ते भी छड़ी रख के गुरु हरकृष्ण साहब बाला प्रीतम जी ने गीता दे अर्थ करवाए ने आखो धन गुरु रामदास जी धन गुरु रामदास जी अज बाला प्रीतम जी नूं कहो पिता जी तुहाडे अस्थान ते मैं मां गुजर कौर चार साहबजादियां दी याद मनाउण वास्ते एकत्रित होया कृपा दा खाता खोल्यो बख्शिश दा खाता खोल्यो मेरी रसना भी नाम जपण तों गूंगी है मेरा खिरदा भी नाम नहीं जपदा मैं गुरबाणी सुनण तों बोला वां बोला बाकी जिन्ना मर्जी मैनू गंद सुनाई चलो मैं सुनण लई तैयार हो जांदा पर गुरबाणी सुनण तों मैं बहरा वां गुरबाणी गाउण तों मैं गूंगा वां ते कृपा दे खाते विच्चों बाला प्रीतम जी अज मेरे सिर ते भी अपनी छड़ी रखो तां जो मेरी रसना मेरा खिरदा हर वेले तुहाडा नाम जपे ते मेरे कन हर वेले तुहाडा नाम ही सुनण आखो धन गुरु रामदास जी धन गुरु रामदास जी आओ इस भावना नूं मुख रख के पंज सत मिनट वाहिगुरु गुरमंत्र दा जाप सारी संगत हाजरी लायो सारे कृपा करियो प्यार नाल जी वाहे गुरु 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 जुड़ जाओ वाहे गुरु वाहे गुरु वाहे गुरु वाहे गुरु वाहे गुरु वाहे गुरु रामदास जी धन गुरु रामदास जी प्यार नल सारे आखो न जी धन बाबा दीप सिंह जी वाहे गुरु
तेरा तू मेरा। धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। गूंजना चाहिए सारे संगत जी तुहाडी आवाज सब दी और उची और उची गूंजा पाओ गूंजा जो मगर तक बैठे कोई वांझा ना रह जाए। अजय कई ढिले हो गज के शब्द पढ़न तो पहला वो करके फिर आप शब्द पढ़ना है। और वह गल्लां गुरमत की रोशनी दे विच भी होंदियां सब नूं पता है तुहानूं हलूणा देण वालियां भी होंदियां ने तुहाडे डिगदे होए मनां नूं सपोर्ट करन वालियां भी होंदियां। आखो धन गुरु रामदास जी। धन गुरु रामदास जी। पहली बेनती सुनियो ते ए कमी साडे अंदर ना होवे ए मेरी बेनती है। किसे ने सच ही किया है सच
आम बंदे दे लई तीन इंसान तीन तरह के इंसान चंगे होंदे ने आम बंदे लई। सुनियो पहली तरह के जिहड़े मर चुके ने, जदों कोई चढ़ाई करता है ना बड़े असी उहदे गुण गाउंदे आ जी बड़ा चंगा हुंदा सी बड़ा वधिया हुंदा सी, उह बंदा जीउंदे आ जी उहदियां लत्तां खिचदे आ ते मरण तों बाद उहदियां तरीफां करदे आ। मैं कई वारी हैरान हुंना ਉਹ ਜਿੰਨਾ ਪੁੰਨ ਅਸੀਂ ਸਮਝਦੇ ਹਾਂ ਨਾ ਕਿਸੇ ਮੁਰਦੇ ਨੂੰ ਮੋਢਾ ਦੇਣ ਦਾ, ਕਿ ਕਿਸੇ ਦੀ ਮੌਤ ਹੋਈ ਹੈ ਚਲੋ ਮੈਂ ਮੋਢਾ ਦੇ ਦਿਆਂ, ਉਹ ਪਿਆਰਿਓ ਹਜ਼ਾਰਾਂ ਲੱਖਾਂ ਗੁਣਾ ਵੱਡਾ ਪੁੰਨ ਜਿਉਂਦਿਆਂ ਨੂੰ ਮੋਢਾ ਦੇਣ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਜਿਉਂਦਿਆਂ ਦੀ ਸਪੋਰਟ ਕਰਨ ਦਾ। ਹਾਂਜੀ ਅਸੀਂ ਜਿਉਂਦਿਆਂ ਜੀ ਜ਼ੋਰ ਲਾ ਦਿੰਦੇ ਹਾਂ ਕਿ ਇਹ ਅੱਗੇ ਨਾ ਵਧੇ, ਅਤੇ ਜਦੋਂ ਮਰ ਜਾਂਦਾ ਉਹਦੇ ਫਿਰ ਗੁਣ ਗਾਉਂਦਿਆਂ ਨਹੀਂ ਥੱਕਦੇ। ਆਮ ਬੰਦਿਆਂ ਦੇ ਲਈ ਤਿੰਨ ਤਰ੍ਹਾਂ ਦੇ ਇਨਸਾਨ ਚੰਗੇ ਹੁੰਦੇ ਨੇ, ਇੱਕ ਜਿਹੜਾ ਮਰ ਗਿਆ ਉਹ, ਦੂਜਾ ਜਿਹੜਾ ਅਜੇ ਪੈਦਾ ਹੀ ਨਹੀਂ ਹੋਇਆ ਉਹਦੇ ਬਾਰੇ ਵੀ, ਉਹਦੇ ਬਾਰੇ ਵੀ ਅਸੀਂ ਬੜਾ ਕਵਾਂਗੇ ਜੀ ਫਲਾਣੇ ਦੇ ਘਰ ਔਲਾਦ ਹੋਵੇ ਜਾਂ ਸਾਡੇ ਘਰ ਔਲਾਦ ਹੋਵੇ ਬੜੀ ਵਧੀਆ ਹੋਵੇ ਇੱਦਾਂ ਦੀ ਨਿਕਲੇ ਉੱਦਾਂ ਦੀ, ਜਿਹੜਾ ਪੈਦਾ ਹੀ ਨਹੀਂ ਹੋਇਆ। ਅਤੇ ਤੀਸਰਾ ਜਿਹਨੂੰ ਅਸੀਂ ਜਾਣਦੇ ਨਹੀਂ ਹਾਂ ਉਹਦੇ ਵੀ ਬੜੇ ਗੁਣ ਗਾਵਾਂਗੇ। ਕੋਲ ਜਿਹੜਾ ਸਕਾ ਭਰਾ ਹੈ ਨਾ, ਸਕਾ ਭਰਾ ਅੰਮ੍ਰਿਤ ਵੇਲਾ ਵੀ ਸੰਭਾਲਦਾ, ਕਮਾਈ ਵਾਲਾ ਵੀ ਹੈ, ਬੰਦਗੀ ਵਾਲਾ ਵੀ ਹੈ, ਸਾਰੀ ਬਖਸ਼ਿਸ਼ ਹੈ ਉਹਦੇ ਉੱਤੇ, ਉਹਦੀ ਕਦੀ ਤਾਰੀਫ ਕਰਕੇ ਖੁਸ਼ ਨਹੀਂ ਹੁੰਦੇ। ਅਤੇ ਪਿਆਰਿਓ ਜਿਨ੍ਹਾਂ ਨੂੰ ਨਹੀਂ ਜਾਣਦੇ ਉਹਨਾਂ ਦੀਆਂ ਸਿਫਤਾਂ ਦੇ ਪੁੱਲ ਬਣਦੇ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨਾਉਣ ਆਏ ਹੋ ਨਾ, ਮੇਰੀ ਬੇਨਤੀ ਹੈ ਮੈਂ ਉਹ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ, ਪਰ ਸਾਹਿਬਜ਼ਾਦਿਆਂ ਦੀਆਂ ਸੱਚੀਆਂ ਅਸੀਸਾਂ ਤੁਹਾਡੀ ਝੋਲੀ 'ਚ ਪੈ ਜਾਣਗੀਆਂ ਜੇ ਇੱਕ ਦੂਜੇ ਦੀ ਕਦਰ ਕਰਨੀ ਸਿੱਖ ਲਓਗੇ। ਇੱਕ ਦੂਜੇ ਦੀ ਕਦਰ ਕਰਨੀ, ਅਸੀਂ ਕਦਰ ਨਹੀਂ ਕਰਦੇ। ਸਾਹਿਬਜ਼ਾਦਿਆਂ ਨੇ ਇਸ ਲਈ ਕੁਰਬਾਨੀਆਂ ਨਹੀਂ ਦਿੱਤੀਆਂ ਕਿ ਸਿੱਖ ਸਿੱਖ ਵੱਲ ਵੇਖ ਕੇ ਮੱਥੇ ਵੱਟ ਪਾਵੇ, ਨਹੀਂ, ਇਸ ਵਾਸਤੇ ਕੁਰਬਾਨੀਆਂ ਨਹੀਂ ਦਿੱਤੀਆਂ ਭਾਈ, ਜਦੋਂ ਸਿੱਖ ਸਿੱਖ ਆਪਸ ਦੇ ਵਿੱਚ ਮਿਲ ਕੇ ਚੱਲਦੇ ਨੇ ਨਾ ਤੇ ਗੁਰੂ ਦੀਆਂ ਅਸੀਸਾਂ ਗੁਰੂ ਦੀਆਂ ਖੁਸ਼ੀਆਂ ਝੋਲੀ 'ਚ ਪੈਂਦੀਆਂ ਨੇ। ਅਸੀਂ ਤੇ ਕਹਿੰਦੇ ਹਾਂ ਫਲਾਣਾ ਨੀਲੀ ਪੱਗ ਬਣਦਾ, ਫਲਾਣਾ ਕਾਲੀ ਬਣਦਾ, ਫਲਾਣਾ ਦੁਮਾਲਾ ਸਜਾਉਂਦਾ, ਫਲਾਣਾ ਚਿੱਟੀ ਪੱਗ ਬਣਦਾ, ਫਲਾਣਾ ਕੇਸਰੀ ਪੱਗ ਬਣਦਾ, ਮੈਂ ਤੇ ਇਹਨੂੰ ਫਤਿਹ ਵੀ ਨਹੀਂ ਬੁਲਾਉਣੀ, ਇਹਨੇ ਤੇ ਫਲਾਣੀ ਸੰਪਰਦਾ ਤੋਂ ਅੰਮ੍ਰਿਤ ਛਕਿਆ। ਨਹੀਂ ਭਾਈ, ਇਹ ਚੀਜ਼ ਨਾ ਭੁੱਲੋ, ਭਾਵੇਂ ਕੋਈ ਚਿੱਟੀ ਬੰਨੇ, ਕਾਲੀ ਬੰਨੇ, ਨੀਲੀ ਬੰਨੇ, ਕੇਸਰੀ ਬੰਨੇ, ਦੁਮਾਲਾ ਸਜਾਵੇ, ਇਹ ਚੀਜ਼ ਨਾ ਭੁੱਲੋ, ਉਹਦਾ ਬਾਪ ਵੀ ਕਲਗੀਆਂ ਵਾਲਾ ਤੇ ਸਾਡਾ ਬਾਪੂ ਵੀ ਕਲਗੀਆਂ ਵਾਲਾ ਹੀ ਹੈ। ਆਖੋ ਸ੍ਰੀ ਅਕਾਲ। ਇਹ ਚੀਜ਼ ਨਹੀਂ ਭੁੱਲਣੀ, ਸਾਹਿਬਜ਼ਾਦਿਆਂ ਦੀਆਂ ਅਸਲੀ ਅਸੀਸਾਂ ਮਿਲਣਗੀਆਂ ਜੇ ਅਸੀਂ ਆਪਸ ਦੇ ਵਿੱਚ ਇਕੱਠੇ ਹੋ ਕੇ ਚੱਲਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਸੀਂ ਇਕੱਲਾ ਪੜ੍ਹਨਾ ਨਹੀਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਇਹ ਪੜ੍ਹਨਾ ਨਹੀਂ ਇਹਨੂੰ ਕਮਾਉਣਾ ਵੀ ਹੈ, ਕਮਾਉਣਾ ਵੀ। ਤੇ ਸ਼ੁਰੂਆਤ ਆਪਣੇ ਆਪ ਤੋਂ ਜ਼ਰੂਰ ਕਰੋ, ਆਪਣੇ ਘਰ ਤੋਂ ਜ਼ਰੂਰ ਕਰੋ। ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰੇ ਬੋਲ ਰਹੇ ਸੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਮੈਨੂੰ ਬੜੀ ਚੰਗੀ ਉਹ ਗੱਲ ਲੱਗੀ, ਮੈਨੂੰ ਬੜੀ ਅਪੀਲ ਕੀਤੀ ਉਹ ਗੱਲ। ਕਈ ਵਾਰੀ ਅਸੀਂ ਕਰਦੇ ਕੀ ਹਾਂ, ਚੱਲ ਬਈ ਫਲਾਣੇ ਕੋਲੋਂ ਕੁਝ ਮਿਲਦਾ ਉੱਧਰ ਚੱਲਦੇ ਹਾਂ, ਫਲਾਣਾ ਕੁਝ ਦਿੰਦਾ ਉੱਧਰ ਚੱਲਦੇ ਹਾਂ, ਫਲਾਣਾ ਕੋਈ ਦਿੰਦਾ ਉੱਧਰ ਚੱਲਦੇ ਹਾਂ, ਦਸਵੰਧ ਵੀ ਇਕੱਠਾ ਕਰਦੇ ਹਾਂ ਤੇ ਇਹੋ ਜਿਹੀਆਂ ਥਾਵਾਂ ਤੇ ਜਾ ਕੇ ਦੇ ਆਉਂਦੇ ਹਾਂ ਪਿਆਰਿਓ, ਜਿੱਥੇ ਇੰਨੀ ਲੋੜ ਨਹੀਂ ਹੁੰਦੀ। ਉਹ ਪਿਆਰਿਓ ਸਰਬੱਤ ਦਾ ਭਲਾ ਕਰਨਾ ਜੇ ਨਾ, ਤੇ ਸ਼ੁਰੂਆਤ ਆਪਣੇ ਘਰ ਤੋਂ ਕਰੋ, ਘਰ ਤੋਂ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਅਸੀਂ ਬਾਹਰ 20,000 ਮਹੀਨੇ ਦਾ ਦਸਵੰਧ ਦਿੰਦੇ ਹੋਈਏ, ਘਰ ਸਾਡਾ ਸਕਾ ਭਰਾ ਹੈ, ਸ਼ਰਾਬ ਨਹੀਂ ਪੀਂਦਾ, ਮਾੜੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਦਾ, ਤੁਹਾਡੀ ਮਾਇਆ ਦਾ ਉਹਨੇ ਮਿਸ ਯੂਜ਼ ਨਹੀਂ ਕਰਨਾ, ਸੱਚਮੁੱਚ ਉਹਨੂੰ ਲੋੜ ਹੈ, ਫੜ ਲਿਆ ਉਹਦੀ ਬਾਂਹ, ਕਿਉਂ ਨਹੀਂ ਫੜਦਾ? ਬਾਹਰ ਤੋਂ ਕਿੰਨੀ ਕਿੰਨੀ ਹੈਲਪ ਕਰਦਾ, ਉਹ ਤੇਰਾ ਗੁਆਂਢੀ ਏ ਜਿਹੜਾ ਨਿਤਨੇਮ 'ਚ ਪੂਰਾ ਅੰਮ੍ਰਿਤਧਾਰੀ ਏ, ਉਹਦੀ ਬਾਂਹ ਤੋਂ ਫੜਦਾ ਨਹੀਂ। ਬਾਹਰ 50,000 ਜਾ ਕੇ ਵੀ ਦੇਣਾ, ਬਾਬਾ ਕਹੇਗਾ ਉੱਥੇ ਦਿੱਤਾ ਇੰਨਾ ਕੰਮ ਨਹੀਂ, ਜਿੱਥੇ ਲੋੜ ਉੱਥੇ ਲਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਰਬੱਤ ਦੇ ਭਲੇ ਦੀ ਸ਼ੁਰੂਆਤ ਆਪਣੇ ਘਰ ਤੋਂ, ਆਪਣੇ ਆਪ ਤੋਂ ਕਰੀਏ, ਇਹ ਮੇਰੀ ਬੇਨਤੀ ਹੈ।
साहबजादे वेख्यो बड़े खुश होणगे जी, बड़े खुश। ते ए मेर तेर दियां दुआरा खत्म कर दिओ, फलाने ने फलानी जगह तो अमृत छकिया, आ गुरमुखां ने अनाउंस कीता ना विसाखी ते अमृत संचार होना, आ मेर तेर दियां दुआरा खत्म करके बाबा मैं ते तेरा बनना, मैं ते तेरी मोर लवानी है, मैं ते पटा आ जेड़ा तेरे नाम दा पाउणा है, किसे कमेटी दे नाम दा जां किसे संप्रदाय दे नाम दा जां किसे टकसाल दे नाम दा जां किसे खास शख्सियत दे नाम दा नहीं पाउणा, मैं ते तेरा बनना है। आखो धन गुरु रामदास जी, धन गुरु रामदास जी। ते फिर आ वखीरा कत्त के सबने मेरी बेनती, जिन्हां ने नहीं छकिया फिर छकना है अमृत, ते जिन्हां ने छकिया पंजा पंजा दसा दसा नूं हलूणा देना है, हलूणा साहबजादियां दीआं खुशियां मिलणगीआं। प्यार नाल आखो धन बाबा दीप सिंह जी, धन बाबा दीप सिंह। अगली गल सुन लो, यह भी जीवन दे विच बड़ी कम आएगी जी, मैनू तो बड़ा आनंद आता जदों दियां मैं गल्लां कर रहा, मेरे ते बड़ा एक गहरा प्रभाव पा रही है, और जिथे मैं जाना हजारां संगतां महाराज जी की कृपा दे नाल समाप्ति तो बाद मिलदियां, हर कोई कहिंदा जदों दा सी तीन तो चार या राती दस तो ग्यारह समागम नाल जुड़ गए हैं, जीवन दे विच बड़ा बदलाव आ गया। तो फिर मैं शुकराना करना, शुकर ए दातिया तू मैं गरीब नूं जरिया बना लिया। जरिया कदी माण ना करे कि मैं करदा, वो चाहे जरिया इनू बना सकता, उन्हों बना सकता, जिन्हू मर्जी बना लवे, जरिया माण कहदा करेगा, जरिया ते हर वेले इहो ही कहेगा धन गुरु रामदास जी तुहाडा शुकर है, बाबा दीप सिंह जी तुहाडा शुकर है कि तू हजारां लखां दे विच्चों मैं गरीब नू चुनिया, मैनू चुनिया, मेरी जुबान ते बिना ते तेरा शुकर है, ये तेरी वडियाई है। आखो धन बाबा दीप सिंह। अगली गल भी बड़ी जीवन दे विच कम आएगी, एक बारी पुछना चढ़दी कला च हो सत श्री अकाल, ये सारे परिवारक मैंबरां नूं पता है जो मैं पुछना चढ़दी कला च तुसीं जकारा ला के फिर जवाब देना है, तुसीं रोजाना संगत करन वाले हो गुरु जी की कृपा दे नाल, एक बारी फिर पुछना चढ़दी कला च हो सत श्री अकाल, थोड़ा जिहा समा बस इसे चढ़दी कला च बहना गुरु जी की कृपा नाल, कि अज मां जी के जीवन विचों साहबजादियां दे जीवन दे विचों कुछ मैं सीख के जाना है। आया भावें मैं इत्थे कल्ला वा पर जावां मैं कल्ला ना, जदों मैं इत्थों जावां साहबजादियां दी माता गुजर कौर जी की बख्शिश मेरे नाल ही चले है जी। आख धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो न जी धन बाबा दीप सिंह जी। अगली गल सुनो, रिश्ते खून दे नहीं हुंदे, विश्वास दे हुंदे ने, विश्वास दे, रिश्ते खून दे नहीं हुंदे, विश्वास दे हुंदे ने, विश्वास होवे पराए भी अपने बन जांदे ने, ते जे प्यारे हो विश्वास ना होवे ते अपने भी पराए बन जांदे ने, विश्वास दे रिश्ते ने। यह गल इधर ले लो, ये भी रिश्ता प्यार दा ही है ना, विश्वास दा ही है ना, गुरु पिता नाल मालक नाल विश्वास दा ही रिश्ता है ना, विश्वास रख के बैठोगे जींदे जागदे बोलदे गुरु नानक, गुरु रामदास, गुरु हरकृष्ण साहब बैठे ने, ते जे विश्वास नहीं ते माफी देना आम ग्रंथ तो इलावा कुछ भी नहीं, विश्वास है। जिन्हां दा विश्वास बनिया बाबा आनंद सिंह साहब वर्गियां ने, उन्होंने हिक ते हाथ मार के ठोक के गल कहनी, कहिंदे गुरु ग्रंथ साहिब नूं कोई किताब कहिंदा, कोई वर्के कहिंदा, कोई शाही कोई जिल्द कहिंदा, कहिंदे मेरी रसना सड़ जावे जे कवे किताब। देखो किड्डी निम्रता, ओदी रसना नहीं, कहिंदे मेरी रसना सड़ जावे जे कवे किताब, कहिंदे कोई मेरियां अखां नाल वेखो ते सही, ओ गुरु ग्रंथ साहिब दा एक एक अखर गुरु नानक दा नेत्र है। सत श्री अकाल, विश्वास है ते सब कुछ, विश्वास श्रद्धा है सब कुछ, भरोसा है ते सब कुछ, विश्वास होवे ते मालक नाल एहो जिहा नाता जुड़ जांदा, एहो जिहा रिश्ता जुड़ जांदा कि जिधर बंदा जानदा है वह महसूस करता मैं कला नहीं, मेरे नाल मेरा मालक चलता, सो सतगुर प्यारा मेरे नाल है, जिथे किथे मैनू लै छड़ाई, जे विश्वास बन गया
पता लग जाता है मैं कला कीर्तन नहीं करता, मेरे नाल बैठा कराउंदा, पता लग जाता है मैं कला कीर्तन नहीं सुनता, मेरे नाल बह के सुन भी रहा है जी। विश्वास गलत है, विश्वास दे उत्ते खड़ी है सारी। आखो धन गुरु रामदास जी, धन गुरु रामदास, प्यार नाल आखो ना जी धन बाबा दीप सिंह जी। अगली गल सुनो फिर अपना शब्द पढ़ना है, ये बड़ी कम आएगी जिंदगी दे विच। संसार दे हर रिश्ते नू निभाउण लई 24 घंटे लगे रहने आ कई वारी 24 घंटे, पर प्यारे ओ फिर भी कई नाराज ही रहिंदे ने। आखो धन गुरु रामदास जी, धन गुरु रामदास जी। सच्ची गल है ना, इहदा मतलब ये नहीं कि आपां रिश्ते निभाउणे नहीं, निभाउणे ने, पर गल जिहड़ी निचोड़ मैं बोलण लगा सुणियो, संसार दे हर रिश्ते नू निभाउण लई 24 घंटे लगे रहिंदे आ पर फिर भी कई नाराज रहिंदे ने, पर एक परमेश्वर ओहदे नाल रिश्ता इहो जिहा रिश्ता है जिन्हों तुसी दिहाड़ी दे विच कुछ मिनट कुछ घंटे का भी समा दे दिओ ना, ओ फिर साढ़े इन्ने अपने बन जाते ने कि सानू इस संसार दे भव सागर तो पार करा देंदे ने। वाह जी, सत श्री अकाल। कुछ मिनटां दा कुछ घंटियां दा समा दे दिओ ना रोज अपने मालक नूं, ओह इन्ने अपने बन जांदे, इन्ने अपने बन जांदे, कहिंदे पुत्रा तैनूं टेंशन लैण दी लोड़ नहीं, तेरे लोक दे कम वी मैं सवारांगा ते परलोक विच वी तेरी इज्जत मैं ही टकांगा। आखो धन गुरु रामदास जी, धन गुरु रामदास जी। मेरी निम्रता सहित बेनती, कुछ समा अपने मालक नूं जरूर दिया करो। ये बाबा आनंद सिंह साहब दा बचन है, घट तों घट 2.5 घंटे दा नेम करना ही करना है, जो मर्जी हो जाए। ते फिर ऐ हाथ मार के कहिंदे सी हिक ते, कहिंदे तू 2.5 घंटे दा नित नेम ना छड्डी, जामण जामणी देती जामणी, कहिंदे जामण दरगाह विच गुरु नानक कलगियां वाला तेरी बाह नहीं छड्डेगा। सत श्री अकाल। परमेश्वर नू कुछ ना कुछ समा जरूर दिया करो, 2.5-2.5 4-4 घंटे, 3-3 घंटे, 5-5 घंटे भी मोबाइलों पर वेस्ट कर देने टाइम। सच्ची गल मैं कर रहे हैं, बैठ जाने एक बारी 2-2 घंटे फेसबुक चला लेने, पता नहीं लगता। तो जे कि एक सुखमनी साहब का पाठ करना पै जे, फिर कहने जी मैं तो बिजी बड़ा, मेरे को टाइम ही नहीं। आखो धन गुरु रामदास जी, धन गुरु रामदास। अखां दे नाल गंदियां चीजां वेखण विच कई कई घंटे बतीत कर देंगे, ते जे उन्हां अखां दे नाल कीर्तन वेखणा पै जे फिर बैठिया नहीं जांदा। कदी इधर मुक्कियां मारांगे, कदी इधर मारांगे, कदी वासियां लवांगे जी, ये ते कम बड़ा ही औखा है जी। कुछ ना कुछ समा अपने मालक लई भी रोज जरूर कढ़ो, जरूर। जिन्हें सब कुछ दिता है, जिन्हें सब कुछ देना है, जिन्हें पढ़ते ढके ने, जिन्हें अगे ढकने ने, ओदे लई भी समा जरूर कढ़ो। आखो धन गुरु रामदास जी, धन गुरु रामदास जी। प्यार नाल आखो ना जी धन बाबा दीप सिंह। आप सवरो परिवार सवारो, सारे आखो समाज आपे ही सवर जाएगा। प्यार नाल ते गज के फतेह बुलाओ, वाहिगुरु जी का खालसा वाहिगुरु जी की फतेह। गुरु अर्जन देव पातशाह जी दे प्यारे मिठड़े बोल, गुरु ग्रंथ साहिब जी दे 885 नंबर अंग दे उत्ते दर्ज। अज साहिबजादियां दी शहादत दा दिन, इत्थे हरियाणा सिख गुरद्वारा प्रबंधक कमेटी दे सारे मैंबर किड्डे प्यार वाले, कुछ रुझेवियां करके चले गए, कुछ बैठे ने, किन्ना सोहना उपराला कीता। ते ए विचोले बने विनर सिंह जी, बॉबी वीर जी, तुहाडे दीदार कराउण विच, ते बाबा सब नूं चढ़दियां कलां बख्शे। कईआं दे नाम मैं गुरमुखां दे जाणदा, कईआं दे मैनूं नहीं पता, पर बाबा सब दे नाम जाणदा, बाबा सब नूं चढ़दियां कलां देवे। आखो धन गुरु रामदास जी, धन गुरु रामदास जी। आओ बड़े प्यार दे विच इह शब्द पढ़ो, पवने मैं पवन समाया, ज्योति मैं ज्योत रल जाया। माता गुजर कौर जी, धन गुरु गोबिंद सिंह साहब जी दे चारे साहबजादियां नूं बड़े प्यार नाल अपनी शरदा दे फुल भेंट करियो। सतगुरु सेवा नैण, पहले आओ ये शब्द पढ़िए सारे जी। पवने में पवन सम
समाया ज्योति में ज्योत रल जाया ज्योति में ज्योत रल जाया पवने में पवन समाया ज्योति में ज्योत रल जाया ज्योति में ज्योत रल तन माता गुजर कौर जी 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 तन बाबा अजीत सिंह जी तन बाबा अजीत सिंह जी तन बाबा जुझार सिंह जी तन बाबा जुझार सिंह जी तन बाबा जोरावर सिंह जी तन बाबा जोरावर सिंह जी तन बाबा फतेह सिंह जी तन बाबा फतेह सिंह जी पवने में पवन समाया ज्योति में ज्योत रल जाया ज्योति में ज्योत रल जाया माटी पाटी होई एक रोवन हार की कामन टेक माटी माटी होई एक रोवन हार की कामन टेक पवने में पवन समाया ज्योति में ज्योत रल जाया ज्योति में ज्योत रल जाया सारे पढ़ो जी पवने में पवन समाया ज्योति में ज्योत रल जाया ज्योति में ज्योत रल गुरु रामदास जी धन गुरु रामदास जी प्यार न लखन जी धन बाबा दीप सिंह जी कौन मुआरे कौन मुआ कौन मुआरे कौन मुआ कौन मुआरे कौन मुआ कौन मुआ चलित पया पवने में पवन समाया ज्योति में ज्योत रल जाया ज्योति में
ਜੋਤ ਰਲੇ ਸਾਰੇ ਹਾਜ਼ਰੀ ਲਓ ਜੀ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲੇ ਜਾਇਆ ਜੋਤੀ ਮੈਂ ਜੋਤ ਰਲੇ ਜਾਇਆ ਧੰਨ ਸ਼ਹੀਦ ਸਿੰਘੋ ਜਿੰਨੀ ਸੰਗਤ ਇਸ ਵੇਲੇ ਤੁਹਾਡੇ ਚਰਨਾਂ 'ਚ ਬੈਠੀ ਹੈ ਨਾ ਹਰੇਕ ਦੀ ਅਰਜ਼ੀ ਕਬੂਲ ਕਰ ਲਓ ਧੰਨ ਸਾਹਿਬ ਜਦਿਓ ਕਿਸੇ ਨੂੰ ਵੀ ਅੱਜ ਖਾਲੀ ਨਾ ਮੋੜਿਓ ਜਿਹੜਾ ਜਿਹੜਾ ਇੱਥੇ ਬੈਠਾ ਘਰਾਂ 'ਚ ਲਾਈਵ ਦੇ ਮਾਧਿਅਮ ਰਾਹੀਂ ਜੁੜਿਆ ਸਭ ਦੀਆਂ ਝੋਲੀਆਂ ਮਹਾਂਪੁਰਖੋ ਭਰ ਦੇਣ ਭਰ ਦੇਣ ਭਰ ਦੇਣ ਅਗਲੀ ਕਿਛ ਖਬਰ ਨਾ ਪਾਈ ਰੋਮਨ ਹਾਰ ਪੈ ਉਠ ਸਿਥਾਈ ਅਗਲੀ ਕਿਛ ਖਬਰ ਨਾ ਪਾਈ ਰੋਮਨ ਹਾਰ ਪੈ ਉਠ ਸਿਧਾਈ ਪਰਮ ਮੋਕੇ ਬਾਂਦੇ ਬੰਦ ਸੁਪਨ ਪਿਆ ਪੱਖ ਲਾਏ ਅੰਦ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਜੋਤੀ ਮੈਂ ਜੋਤ ਰਲ ਸੰਗਤ ਬੋਲੇ ਬੋਲੋ ਜੀ ਪਵਨੇ ਮੈਂ ਪਵਨੇ ਜੋਤੀ ਮੈਂ ਜੋਤ ਰਲ ਜਾਇਆ ਜੋਤੀ ਮੈਂ ਜੋਤ ਰਲ ਗੁਜਰ ਕੌਰ ਜੀ ਧੰਨ ਮਾਤਾ ਗੁਜਰ ਕੌਰ ਜੀ ਇਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨੈ ਕੋ ਮੂਆ ਨਾ ਮਰਣੈ ਜੋਗ ਨੈ ਬਿਨ ਸੈ ਅਬਨਾਸੀ ਹੋਗ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਜੋਤੀ ਮੈਂ ਜੋਤ ਰਲ ਜਾਇਆ ਪੜੋ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਜੋਤੀ ਮੈਂ ਜੋਤ ਰਲ ਜਾਇਆ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ, ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਉਹ ਵੀ ਡਿਟੇਲ ਚੱਲ ਰਹੀ। ਅਤੇ ਇਸ ਤੋਂ ਇਲਾਵਾ ਪਿਆਰਿਓ,
जे तुहाडे मन दे विच आवे इत्थे सहज पाठां दा प्रवाह भी दिने रात चलदा है। तुहाडे मन च आवे कि असी खुशी दे विच कोई सहज पाठ करवाउणा है ते सहज पाठ भी इस अस्थान ते असी जिहड़े प्रेमी ने उहनां दा करदे हां वह भी सेवा की डिटेल तुहाडे टीवी स्क्रीन दे उत्ते चल रही है। मेरी बेनती है मोढे नाल मोढा जोड़ के साथ दिओ और जिहड़ा बाबा दीप सिंह जी का वड्डा दीवान हाल बन रहा है मैं बेनती करदा आ रहा कि एक तेरी दी दो तेरिया दी पंज तेरिया दी 1300 भावें 10 तेरिया 100 तेरिया जिन्नी गुरु ने तुहानू वित दित्ती है ना ये सारे कार्ज करोड़ों की लागत दे नाल जो बन रहे ने ते ए उदों ही पॉसीबल ने सेवावां जदों तुसी पूरा सहयोग दोगे भावें एक तेरी दो तेरिया 50 तेरिया 100 तेरिया जिन्नी गुरु ने तुहानू वित दित्ती इस वेले आप जी फिर अपना दसवंध क्योंकि कई बार असी दसवंध इहो जिहियां थावां ते भेजदे हां प्यारिओ जिथे अगे बड़े प्रबंध हुंदे ने असलीयत दे विच दसवंध दित्ता उत्थे थाएं पैंदा जिथे सचमुच लोड़ है। अपनी अखां दे नाल आके वेखो और तुहानू बड़ी तसली होएगी जदों वेखोगे साडा दित्ता किणका किणका सही टिकाणे लग रहा है सही जगह दे उत्ते यूज़ हो रहा है ते इह सारियां सेवावां तुसी टीवी स्क्रीन दे उत्ते अकाउंट डिटेलां चल रही ने इन अकाउंटां दे विच सेवा पा के आप जी स्क्रीन दे उत्ते चल रहे नंबरां दे उत्ते संपर्क कर सकते हो कि असी इन्नी सेवा ट्रस्ट नूं पाई है तां जो तुहानूं समें सिर रसीद और सत्कार जो असी भेज सकीए और जिहड़ियां बाहर रहण वालियां संगतां ने विदेश विच रहण वालियां संगतां उहनां दे लई भी खुशी दी गल है कि ट्रस्ट दा FCRA अकाउंट भी खुल गया वह भी डिटेल तुहाडे टीवी स्क्रीन दे उत्ते आ रही हुण संगत सीधी जो बाहरों कोई सेवा भेजना चाहे वो डिटेल भी तुहाडे टीवी स्क्रीन दे उत्ते आ रही तुसी स्क्रीनशॉट लै लो ये अकाउंट नंबर अपने कोल नोट कर लो जदों तुहाडा मन बने बाहरों सेवा भेजन दा तुसी डायरैक्टली इस अकाउंट दे विच सेवा पा सकते हो। अपनी सेवा तुसी सानू गूगल पे पेटीएम फोन पे भी कर सकते वो नंबर भी तुहाडे टीवी स्क्रीन ते चल रहा है 9815098150 89513। मेरी बेनती हर पल हर घड़ी हर एक कदम दे उत्ते तुहाडियां सीसां दी तुहाडी बख्शीश दी लोड़ है और मोढे नाल मोढा जोड़ के जदों तुसीं साथ दिओगे जिहड़ा साडा मिशन है आप सवरो परिवार सवारो समाज आपे ही सवर जाएगा और जिहड़ा दूजा मिशन के घट तों घट 113 थावां दे उत्ते ये यूनिट खुलण ये मिशन विच असी कामयाब हो जाएंगे पर होवांगे उदों ही जदों तुसीं पूरा अपने परिवारक मैंबरां दे वांग मोढे नाल मोढा जोड़ के साथ दोगे ये मैसेज नूं वध तों वध शेयर कर देना जी तां जो ये सेवावां दे कारज निरंतरताई दे नाल जारी रह सकन। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। धन गुरु रामदास जी धन बाबा दीप सिंह जी सत संगत जी ये जरूरी सुनेहा सुनियो भी और वध तों वध शेयर भी करियो सारिया संगतां नूं पता है धन बाबा दीप सिंह जी तिना दा पावन पवित्र आगमन पुरब 27 जनवरी नूं आ रहा है। इसे संबंध दे विच जिन्हें भी परिवारक मैंबर तुसीं रोज़ कीर्तन सुनते हो जुड़ते हो सब नूं मैं निम्रता सहित बेनती करदा आपो अपने घरां दे विच खुले पाठां दीआं लड़ियां प्रारंभ कर दिओ जिहड़ा सुखमनी साहिब जी दे पाठ कर सकदा सुखमनी साहिब जी दे पाठ जिहड़ा सहज पाठ कर सकदा सहज पाठ मेरे मन दी भावना है एक परिवारक मैंबर एक सहज पाठ की हाजरी जरूर भरे बाबा दीप सिंह दीआं खुशियां लैण दे लई जिहड़ा सहज पाठ नहीं कर सकदा वो दो रोज़ सुखमनी साहिब जी दे पाठ करी चले जिहड़ा सुखमनी साहिब नहीं कर सकदा रोज़ 10 पाठ घट तो घट जपजी साहिब जी दे जरूर करे जिहड़ा ये भी नहीं कर सकदा प्यारे ओ भावें 6 माला मूल मंत्र दियाँ भावें 80 माला वाहिगुरू वाहिगुरू शब्द दियाँ वो फेरनियाँ शुरू कर देवे बाकी तुहाडी खुशी चौपाई साहिब जी दे पाठ करो भावें तुसी गुरु पिता जी दियाँ खुशियां लैण वास्ते कोई भी बाणी प्रेम दे नाल पढ़ो ये मेरी बेनती है बाबा दीप सिंह साहिब जी दियाँ खुशियां लैण वास्ते सारियां संगतां ने आप ते जुड़ना ही है जे कोई तुहाडे घर दे विच कम करन वाली जां कम करन वाला भी आउंदा तुहाडी दुकान दे उत्ते कोई कम भी करदा तुहाडा हैल्पर भी है ना उहनूं भी बाणी दे नाल जोड़ दे उहनूं कहो बाबा दीप सिंह दियाँ खुशियां लैण वास्ते तूं भी बाणी दा वध तों वध नेम कर हर प्रेमी एक कापी ला लो कापी दे उत्ते नोट करना शुरू कर दिओ अज मैं इस तरीक नूं इन्नी बाणी पढ़ी
ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ, ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ, ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ, ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪ੍ਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ, ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ, ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿਸੰਗ ਜੀ। ਇਹ ਜ਼ਰੂਰੀ ਬੇਨਤੀ, ਸੁਣਿਓ ਵੀ, ਸ਼ੇਅਰ ਵੀ ਕਰਿਓ, ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ, ਆਈ ਸੀ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਣਾਦਾਇਕ ਅਨਮੋਲ ਬਚਨ, ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ, ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ, ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ, ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜਾਵੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੇ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ ਆਪਣੇ ਘਰ ਹੋਏਗਾ, ਰਾਜੀ ਰਹੋ, ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਏ, ਗੁਰੂ ਨਾਨਕ ਏ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਏ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇੰਨਾ ਸੰਗਤਾਂ ਨੇ ਲਾਭ ਲਿਆ, ਇਹ ਜਿਹੜਾ ਪ੍ਰੇਰਣਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ, 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, 4th ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ, ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ, ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ, ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ, 98-709-0004, 9875909004।
ये नंबर दे उत्ते तुसी संपर्क करके चिपां भी भावें पेन ड्राइव भी ते भावें किताबां भी ये सारियां चीज़ां तुसी मंगवा सकते हो। पर भुलना नहीं, जदों भी कोई खुशी का दिन आवे मठियाइयां दे नाल नाल आ चीज़ां गुरु घर नाल जुड़न ते जोड़न वालियां जरूर वंडो तां जो तुहाडे बच्चियां नूं होर बरकत गुरु रामदास पाउण तां जो होर सिक्खी घर घर दे विच फैले। वाहिगुरू जी का खालसा, वाहिगुरू जी की।